ਨਮਸਕਾਰ ਜੀ ਦੈਨਿਕ ਸੂਰਜ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਾਂ ਰੋਹਿਤ ਮਹਾਜਨ ਕਹਿੰਦੇ ਨੇ ਕਿ ਮਿਹਨਤ ਕਰਨ ਵਾਲਿਆਂ ਦੀ ਕਦੀ ਵੀ ਹਾਰ ਨਹੀਂ ਹੁੰਦੀ ਔਰ ਪਰਮਾਤਮਾ ਜੋ ਹੈ ਇੱਕ ਨਾ ਇੱਕ ਦਿਨ ਉਹਨਾਂ ਦੀ ਜ਼ਰੂਰ ਸੁਣਦਾ ਹੈ ਅਸੀਂ ਅੱਜ ਗੱਲ ਕਰ ਰਹੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਦੇ ਰਹਿਣ ਵਾਲੇ ਪਰਮ ਮਹਾਜਨ ਦੀ ਜੋ ਕਿ ਮਿਹਨਤ ਦੇ ਨਾਲ ਅੱਜ ਵਧੀਆ ਜੋ ਮੁਕਾਮ ਹਾਸਿਲ ਕਰ ਰਿਹਾ ਹੈ ਸਕੇਚ ਜੋ ਕਿ ਤੁਸੀਂ ਆਮ ਦੇਖੇ ਹੋਣਗੇ ਸਕੇਚ ਆਰਟਿਸਟ ਵੀ ਬਣਾਉਂਦੇ ਨੇ ਬਹੁਤ ਹੋਰ ਜੋ ਕਲਾਕਾਰ ਨੇ ਉਹ ਵੀ ਤਿਆਰ ਕਰਦੇ ਨੇ ਪਰ ਇਸ ਬੱਚੇ ਦੀ ਤੁਹਾਨੂੰ ਇੱਕ ਖੂਬੀ ਦੱਸਾਂਗੇ ਇਸ ਨੇ ਨਾ ਤਾਂ ਕਿਸੇ ਤੋਂ ਟ੍ਰੇਨਿੰਗ ਲਈ ਹੈ ਔਰ ਨਾ ਹੀ ਇਸ ਦਾ ਕੋਈ ਆਈਡੀਆ ਸੀਗਾ ਇਸ ਨੇ ਲਾਕਡਾਊਨ ਦੇ ਦੌਰਾਨ ਜੋ ਹੈ ਆਪਣੀ ਹਿੰਮਤ ਦੇ ਨਾਲ ਸਕੇਚ ਬਣਾਨੇ ਦੀ ਜੋ ਸ਼ੁਰੂ ਕੀਤੇ ਸੀਗੇ ਔਰ ਅੱਜ ਜੋ ਹੈ ਸਕੇਚ ਤੁਸੀਂ ਦੇਖ ਕੇ ਤਸਵੀਰਾਂ ਹੈਰਾਨ ਹੋ ਜਾਵੋਗੇ ਜੋ ਇਸ ਨੇ ਸਕੇਚ ਬਣਾਏ ਨੇ ਔਰ ਪਰਮਾਤਮਾ ਵੱਲੋਂ ਇੱਕ ਜੋ ਅਸੀਂ ਕਹਿ ਸਕਦੇ ਹਾਂ ਕਿ ਇਹ ਬੱਚਾ ਨਾ ਤਾਂ ਸੁਣ ਸਕਦਾ ਹੈ ਔਰ ਨਾ ਹੀ ਬੋਲ ਸਕਦਾ ਹੈ ਪਰ ਫਿਰ ਵੀ ਉਸ ਦੇ ਬਾਵਜੂਦ ਇਸ ਨੇ ਕਦੀ ਹਿੰਮਤ ਨਹੀਂ ਹਾਰੀ ਔਰ ਅਜਹੀਆਂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਅਤੇ ਹੁਣ ਜੋ ਸਕੈਚ ਬਣਾਏ ਅੱਜ ਅਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹਾਂ ਗੁਰਦਾਸਪੁਰ ਐਸਐਸਪੀ ਡਾਕਟਰ ਨਾਨਕ ਸਿੰਘ ਜੀ ਕੋਲ ਔਰ ਇਸ ਬੱਚੇ ਦੀ ਤੁਸੀਂ ਕਲਾਕਾਰੀ ਦੇ ਕੇ ਹੈਰਾਨ ਹੋ ਜਾਵੋਗੇ ਕਿ ਕਿੰਨਾ ਬਖੂਬੀ ਜੋ ਅਣਾ ਨੇ ਸਕੈਚ ਤਿਆਰ ਕੀਤਾ ਔਰ ਅੱਜ ਐਸਐਸਪੀ ਸਰ ਨੂੰ ਇਹ ਪੇਂਟ ਕਰਨ ਦੇ ਆਏ ਨੇ ਔਰ ਅਸੀਂ ਸਰ ਕੋ ਵੀ ਜਾਣਦੇ ਹਾਂ ਕਿ ਕਿੰਨਾ ਕਿ ਇਸ ਸਮੇਂ ਜੋ ਸਕੈਚ ਤੁਸੀਂ ਦੇਖ ਕੇ ਇਹਦੇ ਬਾਰੇ ਕੀ ਐਕਸਪੈਕਟ ਸਭ ਤੋਂ ਪਹਿਲੇ ਤਾਂ ਤੁਹਾਨੂੰ ਉਹ ਤਸਵੀਰ ਦਿਖਾਵਾਂਗੇ ਇਹ ਉਹ ਬੱਚਾ ਪਰਮਹਾਜਨ ਔਰ ਤੁਸੀਂ ਦੇਖੋ ਤਸਵੀਰਾਂ ਦੇ ਜ਼ਰੀਏ ਕਿ ਸਕੈਚ ਜੋ ਬਣਾਇਆ ਹੈ ਸਕੈਚ ਹੂ ਬਹੂ ਜੇ ਗੱਲ ਕਰੀਏ ਤਾਂ ਮਿਹਨਤ ਬਹੁਤ ਜੋ ਹੈ ਚਲਕਦੀ ਹੈ ਇਸ ਦੇ ਵਿੱਚ ਖਾਸ ਤਸਵੀਰਾਂ ਦੇ ਵਿੱਚ ਔਰ ਇਸ ਦੇ ਨਾਲ ਇਹਨਾਂ ਦੇ ਚਾਚਾ ਜੀ ਰਜੀਵ ਮਹਾਜਨ ਜੀ ਜੋ ਵੀ ਇੱਥੇ ਪਹੁੰਚੇ ਨੇ ਔਰ ਅਸੀਂ ਹੁਣ ਗੱਲ ਕਰਦੇ ਹਾਂ ਸਰ ਦੇ ਨਾਲ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੈਨਿਕ ਸਵੇਰਾ ਟੀਵੀ ਤੇ ਧੰਨਵਾਦ ਜੀ ਥੈਂਕ ਯੂ ਸਰ ਕੀ ਕਹਿਣਾ ਚਾਹੋਗੇ ਜੋ ਇਸ ਬੱਚੇ ਦਾ ਆਰਟ ਹੈ ਔਰ ਅੱਜ ਇਹ ਸਕੈਚ ਬਣਾ ਕੇ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਅਸੀਂ ਵੀ ਇਸ ਦੇ ਨਾਲ ਪਹਿਲੇ ਗੱਲ ਕੀਤੀ ਸੀਗੀ ਇਸ ਦੇ ਮਨ ਦੇ ਵਿੱਚ ਬਹੁਤ ਖੁਸ਼ੀ ਸੀ ਤੁਹਾਨੂੰ ਮਿਲਣ ਦੇ ਲਈ ਵੀ ਕਿਉਂਕਿ ਤੁਹਾਡੇ ਬਾਰੇ ਕਾਫੀ ਇਸ ਨੇ ਸੁਨੇਹਾ ਵੀ ਸੀ ਔਰ ਜਦੋਂ ਇਹ ਸਾਡੇ ਨਾਲ ਵੀ ਸੰਪਰਕ ਕੀਤਾ ਕਿ ਇਹ ਸਕੈਚ ਜੋ ਬਣਾਇਆ ਹੈ ਔਰ ਸਾਨੂੰ ਵੀ ਬਹੁਤ ਖੁਸ਼ੀ ਮਿਲੀ ਸੀ ਬੜਾ ਇਮੋਸ਼ਨਲ ਮੂਮੈਂਟ ਹੈ ਜੀ ਜਿਵੇਂ ਤੁਸੀਂ ਦੱਸਿਆ ਡਿਫਰੈਂਟਲੀ ਏਬਲਡ ਹੈ ਆਪਣੇ ਸੁਣ ਨਹੀਂ ਸਕਦੇ ਤੇ ਬੋਲ ਨਹੀਂ ਸਕਦੇ ਤੇ ਇੰਨਾ ਵਧੀਆ ਟੈਲੈਂਟ ਤੇ ਇੰਨੇ ਵਧੀਆ ਪੋਸਟਰਸ ਜਾਂ ਇੰਨੇ ਵਧੀਆ ਪੋਰਟਰੇਟਸ ਇੰਨੇ ਵਧੀਆ ਸਕੈਚ ਮੈਂ ਅਜ ਤੱਕ ਨਹੀਂ ਕਰੀ ਦੇਖੇ ਕਿਸੇ ਨੇ ਬਣਾਏ ਹੋ ਸੋ ਇਟਸ ਅ ਗ੍ਰੇਟ ਟੈਲੈਂਟ ਐਂਡ ਆਮ ਰੀਲੀ ਥੈਂਕਫੁਲ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਨਾਂ ਦਾ ਕਿ ਇਨਾਂ ਨੇ ਇੰਨੀ ਇੱਜ਼ਤ ਮਾਨ ਮੈਨੂੰ ਬਖਸ਼ਿਆ ਕਿ ਇਨਾਂ ਨੇ ਇੰਨੀ ਮਿਹਨਤ ਕਰਕੇ ਸਕੈਚ ਬਣਾਇਆ ਤੇ ਮੈਨੂੰ ਅਜ ਇੱਥੇ ਪੇਂਟ ਕੀਤਾ ਸੋ ਇਹਦੇ ਵਾਸਤੇ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਮੈਂ ਤੇ ਇਟਸ ਰੀਅਲੀ ਇਮੋਸ਼ਨਲ ਮੂਮੈਂਟ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਤੇ ਬਹੁਤ ਵਧੀਆ ਲੱਗ ਰਿਹਾ ਥੈਂਕ ਯੂ so much ਇੱਕ ਗੱਲ ਸੁਣ ਕੇ ਇਮੋਸ਼ਨਲ ਤਾਂ ਅਸੀਂ ਵੀ ਹੋ ਗਏ ਆ ਪਰ ਲੜਕੇ ਦਾ ਜੋ ਟੈਲੈਂਟ ਹੈ ਉਹ ਵੀ ਬਖੋਬੀ ਦੇਖਣ ਵਾਲਾ ਹੈ ਔਰ ਲੜਕੇ ਦੇ ਚਾਚਾ ਜੀ ਇੱਥੇ ਮੌਜੂਦ ਨੇ ਉਹਨਾਂ ਕੋ ਵੀ ਅਸੀਂ ਜਾਣਦੇ ਆ ਕਿ ਕਦੋਂ ਤੋਂ ਇਹ ਜੋ ਸ਼ੌਂਕ ਇਹਨਾਂ ਦੇ ਮਨ ਦੇ ਵਿੱਚ ਇਸ ਜਿਹੜਾ ਚੱਲਿਆ ਇਸ ਸ਼ੌਂਕ ਇਹਨ ਪਰਵ ਦਾ ਬਚਪਨ ਤੋਂ ਚੱਲ ਰਿਹਾ ਬਚਪਨ ਤੋਂ ਹੀ ਇਹਨੂੰ ਸ਼ੌਂਕ ਸੀ ਚੀਜ਼ਾਂ ਬਣਾਉਂਦਾ ਕੁਝ ਆਰਟ ਐਂਡ ਕਰਾਫਟ ਦੀਆਂ ਲੇਕਿਨ ਕੁਝ ਦਿਨਾਂ ਤੋਂ ਜਿਹੜੇ ਸਕੈਚ ਦਾ ਜਿਹੜੀ ਬਣਾਉਂਦੀ ਜਿਹੜੀ ਇਹ ਥੋੜੀ ਦੇਰ ਪਹਿਲਾਂ ਇਹਨੂੰ ਹੋਈ ਪਰਵ ਦੀ ਜੇ ਅਸੀਂ ਗੱਲ ਕਰੀਏ ਪੜ੍ਹਾਈ ਦੀ ਤਾਂ ਕੀ ਕੀ ਹੁਣ ਹੈ ਸਮੇਂ ਜੋ ਉਹ ਪੜ੍ਹਾਈ ਕੀਤੀ ਹੈ ਇਹਨਾਂ ਨੇ ਪਰਵ ਨੇ 10th ਕਲਾਸ ਪਾਸ ਕਰ ਲਈ ਹੈ ਜੀ ਪਲੱਸ 1 ਦੇ ਵਿੱਚ ਅਸਾਂ ਪੜ੍ਹਾਈ ਕਰ ਰਿਹਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਜੋ ਸਕੈਚ ਹੈ ਇਹ ਸਮੇਂ ਇਸ ਤੋਂ ਇਲਾਵਾ ਕੁਝ ਤਸਵੀਰਾਂ ਮੈਂ ਤੁਹਾਡੇ ਨਾਲ ਹੋਰ ਵੀ ਸਾਂਝੀਆਂ ਕਰਨਾ ਚਾਹਾਂਗੇ ਇਹ ਉਹ ਤਸਵੀਰਾਂ ਨੇ ਜੋ ਇਹਨਾਂ ਨੇ ਤਸਵੀਰਾਂ ਦੇ ذریعے ਤੁਹਾਨੂੰ ਦਿਖਾਉਂਦੇ ਆ ਕਿਸ ਤਰੀਕੇ ਦੇ ਨਾਲ ਇਹ ਅਲੱਗ-ਅਲੱਗ ਜੋ ਸਕੈਚ ਨੇ ਤਿਆਰ ਕੀਤੇ ਹੋਏ ਨੇ ਇਹ ਪਰਵ ਦੇ ਦਾਦਾ ਜੀ ਨੇ ਔਰ ਉਹਨਾਂ ਦਾ ਸਕੈਚ ਵੀ ਇਹਨਾਂ ਨੇ ਤਿਆਰ ਕੀਤਾ ਐਸੇ ਤਰ੍ਹਾਂ ਦੇ ਨਾਲ ਹੀ ਇਹਨਾਂ ਦੀ ਮਦਰ ਦਾ ਸਕੈਚ ਹੈ ਇਹ ਹੋਰ ਜੋ ਸਕੈਚ ਬਣਾਏ ਹੋਏ ਨੇ ਇਹ ਇਹਨਾਂ ਦੀ ਮਦਰ ਦਾਤ ਇਹਨਾਂ ਦਾ ਸਕੈਚ ਜੋ ਤੁਸੀਂ ਤਸਵੀਰ ਵੀ ਦੇਖੋਗੇ ਤੇ ਬਿਲਕੁਲ ਇੰਜ ਲੱਗਦਾ ਹੈ ਕਿ ਜਿਸ ਤਰ੍ਹਾਂ ਨੇਚਰਲ ਬਿਲਕੁਲ ਜੋ ਚੀਜ਼ ਹੈ ਸਾਹਮਣੇ ਜੋ ਦੇਖ ਰਹੇ ਹੋ ਤੁਸੀਂ ਔਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਹ ਜੋ ਪਰਵ ਦਾ ਸ਼ੌਂਕ ਹੈ ਔਰ ਇਸ ਦਾ ਇਹ ਜੋ ਸ਼ੌਂਕ ਕਿਤਨਾ ਕਿਤੇ ਪਰਮਾਤਮਾ ਇਹਨਾਂ ਦੀ ਮਦਦ ਅੱਗੇ ਹੋਰ ਜ਼ਰੂਰ ਕਰੇਗਾ ਔਰ ਅਸੀਂ ਉਮੀਦ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਹੋਰ ਵੀ ਮਿਹਨਤ ਕਰੇਗਾ ਔਰ ਜੋ ਬੁਲੰਦੀਆਂ ਨੂੰ ਛੂਵੇਗਾ ਕੈਮਰਾ ਪਰਸਨ ਸੰਦੀਪ ਦੇ ਨਾਲ ਰੋਹਿਤ ਮਹਾਜਨ दैनिक सुरा टीवी लेई गुरदासपुर ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक, एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648